ਬੇਵਦਰਾ গুড মর্নিং স্টুডেন্টস আজ ਆਪਣਾ ਲੈਸਨ 4 ਘੜੇ ਦਾ ਪਾਣੀ ਜੋ ਕਿ ਇੱਕ ਲੇਖ ਹੈ ਇਹ surjeet singh marjara ਦਾ ਲਿਖਿਆ ਹੋਇਆ ਜਿਸ ਬਾਰੇ ਆਪਾਂ ਅੱਜ ਪੜ੍ਹਾਂਗੇ ਘੜੇ ਦਾ ਪਾਣੀ ਪੀਣ ਲਈ ਸਾਰਿਆਂ ਨੂੰ ਚੰਗਾ ਲੱਗਦਾ ਰਿਹਾ ਹੈ ਕਿਹੜੀ ਥਾਂ ਸੀ ਜਿੱਥੇ ਘੜਾ ਨਾ ਹੋਵੇ ਘੜੇ ਵਾਂਗ ਹੀ ਪੀਣ ਵਾਲੇ ਪਾਣੀ ਨੂੰ ਸੰਭਲ ਲਈ ਮੱਟ ਘੜੀਆਂ ਅਤੇ ਸੁਰਾਈ ਯਾਦ ਹੁੰਦੇ ਹਨ ਉਂਝ ਚਾਟੀ ਚੱਕਰਾ ਚੱਕਰੀ ਤੋੜੀ ਵੀ ਘੜੇ ਦੇ ਹੀ ਰੂਪ ਹਨ ਪਰ ਇਹਨਾਂ ਦੀ ਵਰਤੋਂ ਘੜੇ ਨਾਲੋਂ ਵੱਖਰੀ ਹੁੰਦੀ ਹੈ ਕਹਿੰਦੇ ਅੱਜ ਘੜੇ ਦੇ ਆਪਾਂ ਪਾਣੀ ਬਾਰੇ ਪੜਾਂਗੇ ਕਿ ਘੜਾ ਹੈ ਜਿਹੜਾ ਉਹ ਕਿਵੇਂ ਬਣਦਾ ਹੈ ਕਹਿੰਦੇ ਜਿਹੜਾ ਚੱਕਰ ਆਏ ਚਾਟੀ ਹੈ ਤੇ ਤੋੜੀ ਹੈ ਘੜੇ ਦੀ ਰੂਪ ਨੇ ਵੀ ਘੜਾ ਜਿਹੜਾ ਪਾਣੀ ਪੀਣ ਦੇ ਵਰਤੋਂ ਲਈ ਸੰਭਾਲਿਆ ਜਾਂਦਾ ਹੈ ਘੜੇ ਦਾ ਅਸਲੀ ਮਹੱਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ ਉਂਗਲਾ ਵਿੱਚ ਛੱਲੇ ਪਾ ਕੇ ਜਦੋਂ ਕੋਈ ਵਜੰਤਰੀ ਘੜਾ ਵਜਾਉਂਦਾ ਹੈ ਤਾਂ ਇਹੋ ਪ੍ਰਤੀਤਿਤ ਹੁੰਦਾ ਹੈ ਜਿਵੇਂ ਘੜਾ ਗੱਲਾਂ ਕਰ ਰਿਹਾ ਹੋਵੇ ਘਰਾਂ ਵਿੱਚ ਖੁਸ਼ੀ ਦੇ ਸਮਾਗਮਾਂ ਸਮੇਂ ਮੋਟਿਆਰਾਂ ਘੜੇ ਦੇ ਤਾਲ ਉਤੇ ਗੀਤ ਗਾਉਂਦੀਆਂ ਹਨ ਘੜਾ ਵੱਜਦਾ ਹੈ ਤੇ ਬੋਲ ਆਪ ਮੁਹਰੇ ਹੀ ਘੜੇ ਨਾਲ ਇੱਕ ਮਿੱਕ ਹੁੰਦੇ ਦਿਖਾਈ ਦਿੰਦੇ ਹਨ ਘੜਾ ਵੱਜਦਾ ਘੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਹਾਂਜੀ ਕਹਿੰਦੇ ਜਿਹੜੇ ਕੜਾਏ ਪਾਣੀ ਦੀ ਪੀਣ ਲਈ ਵਰਤੋਲੀ ਵਿੱਚ ਲਿਆ ਜਾਂਦਾ ਹੈ ਇਹਨੂੰ ਸਾਜ਼ ਵਿੱਚੋਂ ਸਾਜ਼ ਵੱਜੋ ਵੀ ਵਰਤਿਆ ਜਾਂਦਾ ਹੈ ਵਿਉਂਗਲਾ ਵਿੱਚ ਸੱਲੇ ਪਾ ਕੇ ਕਹਿੰਦੇ ਵਜੰਤਰੀ ਗਾਉਣ ਵਾਲਿਆਂ ਨੂੰ ਕਿਹਾ ਜਾਂਦਾ ਹੈ ਵੀ ਉਹ ਘੜੇ ਨੂੰ ਬਚਾਉਂਦੇ ਨੇ ਤੇ ਇਹਦਾ ਹੀ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਪਹਿਲੇ ਸਮਿਆਂ ਵਿੱਚ ਜਦੋਂ ਖੂਹ ਵੀ ਆਮ ਨਹੀਂ ਸਨ ਹੁੰਦੇ ਤਾਂ ਲੋਕ ਲੋਕਾਂ ਨੂੰ ਟੋਬਿਆਂ ਤਲਾਬਾਂ ਆਦ ਦੇ ਪਾਣੀਆਂ ਉੱਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਉਸ ਵੇਲੇ ਇਹ ਘੜੇ ਹੀ ਸਨ ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀ ਘੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਵੀ ਪਾਣੀ ਸਾਫ਼ ਕੀਤਾ ਜਾਂਦਾ ਹੈ ਕਹਿੰਦੇ ਪਹਿਲਾਂ ਜਿਵੇਂ ਆਮ ਖੂਹ ਨਹੀਂ ਸੀਗੇ ਤਾਂ ਲੋਕ ਪਾਣੀ ਭਰ ਕੇ ਲੈ ਕੇ ਜਾਂਦੇ ਸੀ ਤਲਾਬਾਂ ਤੋਂ ਟੋਬਿਆਂ ਤੋਂ ਤੇ ਖੂਹਾਂ ਤੋਂ ਕੀ ਕਰਦੇ ਸੀਗੇ ਪਾਣੀ ਘੜੇ ਵਿੱਚ ਭਰ ਲੈਂਦੇ ਸੀ ਉਹਨੂੰ ਪਾਣੀ ਨੂੰ ਸਾਫ਼ ਕੱਚਾ ਕੋਲਾ ਪਾ ਕੇ ਤੇ ਰੇਤ ਨਾਲ ਕੀਤਾ ਜਾਂਦਾ ਸੀਗਾ ਪੂਜਾ ਪਾਠ ਸਮੇਂ ਘੜੇ ਦਾ ਪਾਣੀ ਨੂੰ ਲੋਕ ਕੁੰਭਲਾ ਜਲ ਕਹਿੰਦੇ ਹਨ ਸ਼ਰਧਾਲੂ ਇਸ ਪਾਵਨ ਜਲ ਨੂੰ ਅੰਮ੍ਰਿਤ ਸਮਝ ਕੇ ਪਿੰਦੇ ਹਨ ਅਤੇ ਪਰੰਪਰਾ ਇਹ ਅੱਜ ਵੀ ਜਾਰੀ ਹੈ ਕਹਿੰਦੇ ਜਿਹੜੇ ਅੰਮ੍ਰਿਤ ਸਮਝਦੇ ਨੇ ਇਹਨੂੰ ਜਿਹੜੇ ਸ਼ਰਧਾਲੂ ਨੇ ਜਿਹੜੇ ਹਿੰਦੂ ਲੋਕ ਨੇ ਉਹ ਇਹਨੂੰ ਅੰਮ੍ਰਿਤ ਸਮਝ ਕੇ ਪਿੰਦੇ ਨੇ ਕਦੇ ਸਮਾਂ ਸੀ ਰਾਜੇ ਮਹਾਰਾਜੇ ਅਤੇ ਪਰਉਪਕਾਰੀ ਲੋਕ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕਿਸੇ ਛਾਂ ਦਾ ਰੁੱਖ ਜਾਂ ਕੋਈ ਕੰਮ ਚਾਰੂ ਚ ਛਾਤੇ ਹੇਟ ਤਾਂ ਤਾਂ ਪਿਆਉ ਬਿਠਾਉਂਦੇ ਸਨ ਉੱਥੇ ਵੀ ਘੜੇ ਦੇ ਮਟ ਰੇਤੇ ਉੱਤੇ ਰੱਖੇ ਦਿਖਾਈ ਦਿੰਦੇ ਸਨ ਘੜੇ ਦਾ ਠੰਡਾ ਪਾਣੀ ਪੀ ਕੇ ਇੱਕ ਵਾਰ ਤਾਂ ਸੁਰਤ ਆ ਜਾਂਦੀ ਸੀ ਕਹਿੰਦੇ ਜਿਹੜੇ ਰਾਜੇ ਮਹਾਰਾਜੇ ਸੀਗੇ ਕਾ ਕਿਸੇ ਦੀ ਪਿਆਸ ਬੁਝਾ ਲਈ ਕਈ ਬਿਰਾਹੀ ਕੋਈ ਰਾਹੀ ਆਊਗਾ ਪਾਣੀ ਪੀ ਲੂਗਾ ਉਹ ਛਾਂਦਾਰ ਰੁੱਖੇ ਡ ਘੜੇ ਦਾ ਪਾਣੀ ਰੱਖ ਦੇ ਰੱਖ ਦਿੰਦੇ ਸੀਗੇ ਮੇਰੇ ਆਪਣੇ ਇਲਾਕੇ ਦੀ ਗੱਲ ਹੈ ਕਿ ਨਾਬੇ ਦਾ ਰਾਜਾ ਮੰਡੀ ਗੋਵਿੰਦਗੜ ਤੋਂ ਹਰ ਰੋਜ਼ ਦੋ ਘੜੇ ਪਾਣੀ ਪੀਣ ਲਈ ਨਾਬੇ ਤੋਂ ਮੰਗਵਾਉਂਦਾ ਸੀ ਨਾਬਾ ਗੋਵਿੰਦਗੜ ਤੋਂ 24 ਮੀਲ ਦੂਰ ਹੈ ਪਰ ਘੜੇ ਦੇ ਪਾਣੀ ਦੇ ਘੜੇ ਰਾਜੇ ਲਈ ਮੰਡੀ ਗੋਵਿੰਦਗੜ ਤੋਂ ਹੀ ਜਾਂਦੇ ਸਨ ਅੱਜ ਵੀ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਮੰਡੀ ਗੋਵਿੰਦਗੜ ਦਾ ਪਾਣੀ ਆਲੇ ਦੁਆਲੇ ਦੇ ਪਾਣੀਆਂ ਤੋਂ ਬੜਾ ਮਿੱਠਾ ਤੇ ਪੀਣੀ ਹੋ ਗਏ। ਇਹ ਕਹਾਣੀਕਾਰ ਜਿਹੜਾ ਆਪਣੀ ਉਹਦੇ ਇਲਾਕੇ ਦੀ ਗੱਲ ਦੱਸ ਰਿਹਾ ਕਿ ਮੇਰੇ ਜਿਹੜੇ ਰਾਜਾ ਸੀਗਾ ਸਾਡੇ ਨਾਬੇ ਦਾ ਕਿ ਉਹ ਮੰਡੀ ਗਵਿੰਦਗੜ੍ਹ ਤੋਂ ਪਾਣੀ ਮੰਗਵਾਉਂਦਾ ਸੀਗਾ ਜਿਹੜਾ 24 ਮੀਲ ਦੂਰ ਦੂਰੀ ਦੇ ਸੀਗਾ। ਕਹਿੰਦਾ ਅੱਜ ਵੀ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਗਵਿੰਦਗੜ੍ਹ ਦਾ ਜਿਹੜਾ ਪਾਣੀ ਹੈ ਮਿੱਠਾ ਤੇ ਸਾਫ਼ ਸੁਥਰਾ ਹੈ। ਕਦੇ ਸਮਾਂ ਸੀ ਜਦੋਂ ਪਿੰਡਾਂ ਵਿੱਚ ਅਜੇ ਨਲਕੇ ਨਹੀਂ ਸਨ ਲੱਗੇ ਤਾਂ ਖੂਹਾਂ ਤੋਂ ਪਾਣੀ ਲਿਆਉਣ ਲਈ ਘੜਿਆਂ ਦੀ ਵਰਤੋਂ ਹੀ ਹੁੰਦੀ ਸੀ। ਮੁਟਿਆਰਾਂ ਵੱਧ ਤੋਂ ਵੱਧ ਘੜੇ ਸਿਰਾਂ ਉੱਤੇ ਪਾਣੀ ਨਾਲ ਭਰ ਕੇ ਚੁੱਕਨੀਆਂ ਸਨ। ਉਹ ਇੱਕ ਦੂਜੀ ਨਾਲ ਬਿੰਦ-ਬਿੰਦ ਕੇ ਮੁਕਾਬਲੇ ਕਰਦੀਆਂ, ਉਹ ਹੀਰਨਾ ਦੀਆਂ ਡਾਰਾ ਵਾਂਗ ਤੁਰਦੀਆਂ। ਉਹ ਆਮ ਤੌਰ 'ਤੇ ਦੋ-ਦੋ ਘੜੇ ਸਿਰ ਉੱਤੇ ਅਤੇ ਇੱਕ ਘੜਾ ਬੱਚੇ ਨੂੰ ਕੁੱਛੜ ਚੁੱਕਣ ਵਾਂਗ ਢਾਂਗ ਉੱਤੇ ਰੱਖ ਅਟਖੇਲੀਆਂ ਕਰਦੀਆਂ ਜਾਂਦੀਆਂ ਸਨ। ਵੀਆਹੀਆਂ ਤਰੀਮਤਾ ਤਾਂ ਸੂਫ ਦੇ ੱਕ ਗਰੇ ਪਾ ਕੇ ਕੂਹਾਂ ਤੋਂ ਘੜਿਆਂ ਵਿੱਚ ਪਾਣੀ ਢੋਂਦੀਆਂ ਸਨ ਸਰਦੇ ਪੁੱਜ ਦੇ ਘਰਾਂ ਵਿੱਚ ਮਿਹਰੇ ਵਹੰਗੀਆਂ ਉੱਤੇ ਘੜੇ ਰੱਖ ਕੇ ਪਾਣੀ ਭਰਦੇ ਸਨ ਵਹੰਗੇ ਕਿਹਾ ਜਾਂਦੀ ਨੇ ਜਿਹੜੀ ਵਹੰਗੀ ਉਹਨੂੰ ਕਿਹਾ ਜਾਂਦਾ ਜਿਹੜੀ ਚੀਜ਼ਾਂ ਰੱਖਣ ਲਈ ਛਾਬਿਆਂ ਵਰਗੀ ਚੀਜ਼ ਬਣਾਈ ਹੁੰਦੀ ਹੈ ਜਿੱਤੇ ਸਮਾਨ ਆਰਾਮ ਨਾਲ ਰੱਖ ਕੇ ਲਜਾਇਆ ਜਾ ਸਕੇ ਕਹਿੰਦੇ ਜਿਹੜੇ ਔਰਤਾਂ ਨੇ ਉਹ ਕੀ ਕਰਦੀਆਂ ਸੀਗੀਆਂ ਘੜੇ ਆਪਣੇ ਸਿਰ ਤੇ ਰੱਖ ਕੇ ਤੇ ਮੱਸੇ ਹੋਈਆਂ ਤੁਰੀਆਂ ਜਾਂਦੀਆਂ ਨੇ ਆਪਣੇ ਘਰ ਨੂੰ ਪਾਣੀ ਲੈ ਜਾਂਦੀਆਂ ਪਿੰਡਾਂ ਵਿੱਚ ਭਾਵੇਂ ਖੂਹਾਂ ਦੀ ਥਾਂ ਹੁਣ ਘਰ-ਘਰ ਨਾਲਕੇ ਜਾਂ ਪਾਣੀ ਦੀਆਂ ਟੂਟੀਆਂ ਲੱਗ ਗਈਆਂ ਹਨ ਪਰ ਖੂਹਾਂ ਉੱਤੇ ਚਹਲ ਪਹਲ ਹੁਣ ਬਿੱਤੇ ਦੀ ਗੱਲ ਬਣ ਗਈ ਹੈ ਘੜੇ ਦਾ ਪਾਣੀ ਤਾਂ ਪਿੰਡਾਂ ਵਿੱਚ ਹੁਣ ਵੀ ਆਮ ਘਰਾਂ ਵਿੱਚ ਪੀਣ ਨੂੰ ਮਿਲ ਜਾਂਦਾ ਹੈ ਪਰ ਜਿਹੜੇ ਘਰਾਂ ਵਿੱਚ ਫ੍ਰਿਜ ਆ ਗਏ ਹਨ ਉੱਥੇ ਉਥੋਂ ਘੜੇ ਤੇ ਘੜੇ ਦਾ ਪਾਣੀ ਪੀਣ ਦਾ ਰਿਵਾਜ ਕੁਝ ਘਟ ਗਿਆ ਹੈ ਕਹਿੰਦੇ ਹੁਣ ਹੁਣ ਥਾਂ-ਥਾਂ ਤੇ ਲੋਕਾਂ ਦੇ ਨਾਲਕੇ ਤੇ ਪਾਣੀ ਟੂਟੀ ਵਾਲੇ ਲੱਗ ਗਏ ਨੇ ਕਿ ਜਿਹੜਾ ਘੜੇ ਦਾ ਪਾਣੀ ਦਾ ਪੀਣ ਦਾ ਰਵਾਜਾ ਘਟ ਗਿਆ ਏ ਤੇ ਖੂਹਾਂ ਦੀ ਜਿਹੜੀ ਰੌਣਕ ਸੀ ਚਹਲ ਪਹਿਲ ਕਿਹਾ ਜਾਂਦਾ ਰੌਣਕ ਨੂੰ ਵੀ ਉਹ ਵੀ ਘਟ ਗਈ ਹੈ ਸ਼ਹਿਰਾ ਵਿੱਚ ਤਾਂ ਘੜੇ ਜਿਵੇਂ ਗਾਇਬ ਹੀ ਹੋ ਗਏ ਹਨ ਲੱਭਿਆਂ ਸ਼ਾਇਦ ਹੀ ਕੋਈ ਘਰ ਮਿਲੇ ਜਿੱਥੇ ਘੜਾ ਹੋਵੇ ਸ਼ਹਿਰੀ ਤਾਂ ਫ੍ਰਿਜ ਦਾ ਪਾਣੀ ਪੀਣ ਵਿੱਚ ਮਨ ਮਹਿਸੂਸ ਕਰਦੇ ਹਨ ਘੜੇ ਹੁਣ ਕੌਣ ਰੱਖਦਾ ਹੈ ਤੇ ਉਸ ਦਾ ਪਾਣੀ ਕੌਣ ਪੀਂਦਾ ਹੈ ਕਹਿੰਦੇ ਸ਼ਹਿਰ ਦੇ ਜਿਹੜੇ ਲੋਕ ਨੇ ਪਿੰਡਾਂ ਵਿੱਚ ਤਾਂ ਫੇਰ ਵੀ ਮਿਲ ਜਾਂਦੇ ਪਰ ਸ਼ਹਿਰ ਵਿੱਚ ਜਿਹੜੇ ਘੜੇ ਨੇ ਦੇਖਣ ਨੂੰ ਨਹੀਂ ਮਿਲਦੇ ਹੈਗੇ ਘੜੇ ਦਾ ਸ਼ਰੀਕ ਫ੍ਰਿਜ ਜਾਂ ਵਾਟਰ ਕੂਲਰ ਹੀ ਕਿਹਾ ਜਾ ਸਕਦਾ ਹੈ ਫ੍ਰਿਜ ਨਾਲੋਂ ਘੜੇ ਦਾ ਪਾਣੀ ਕਈ ਗੱਲਾਂ ਵਿੱਚ ਉਪਯੋਗੀ ਮੰਨਿਆ ਗਿਆ ਹੈ ਜੇ ਰਾਤ ਨੂੰ ਭਰੇ ਪਾਣੀ ਦੇ ਘੜੇ ਵਿੱਚੋਂ ਸਵੇਰੇ ਉੱਠਦਿਆਂ ਹੀ 2-3 ਗਲਾਸ ਪਾਣੀ ਪੀ ਲੈ ਜਾਣ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਵਿਅਕਤੀ ਹਲਕਾ ਫੁਲਕਾ ਮਹਿਸੂਸ ਕਰਦਾ ਹੈ ਘੜੇ ਦਾ ਪਾਣੀ ਹਰ ਰੁੱਤ ਵਿੱਚ ਪੀਤਾ ਜਾ ਸਕਦਾ ਹੈ ਸਰਦੀ ਦੇ ਮੌਸਮ ਵਿੱਚ ਘੜੇ ਦਾ ਪਾਣੀ ਠਾਰ ਪਨ ਕੇ ਪੀਤਾ ਜਾ ਸਕਦਾ ਹੈ ਕਹਿੰਦੇ ਜਿਹੜੇ ਘੜੇ ਦੀ ਥਾਂ ਤੇ ਹੁਣ ਫ੍ਰਿਜ ਤੇ ਵਾਟਰ ਕੂਲਰ ਆ ਗਏ ਨੇ ਇਹ ਇੱਕ ਸ਼ਰੀਕ ਨੇ ਜਿਹੜੇ ਕਿਸੇ ਦੀ ਥਾਂ ਤੇ ਆ ਗਏ ਨੇ ਇਹ ਮਤਲਬ ਘੜੇ ਦੀ ਇਹਨਾਂ ਨੇ ਥਾਂ ਲੈ ਲਈ ਹੈ ਕਹਿੰਦੇ ਫ੍ਰਿਜ ਦਾ ਪਾਣੀ ਹੈ ਘੜੇ ਨਾਲੋਂ ਕੁਝ ਲਾਹੇਵੰਦ ਨਹੀਂ ਹੈਗਾ ਲਾਭਦਾਇਕ ਨਹੀਂ ਹੈਗਾ ਕਿ ਜਿਹੜਾ ਜਿੰਨਾ ਘੜੇ ਦਾ ਪਾਣੀ ਹੈ ਕਹਿੰਦੇ ਜੇ ਘੜੇ ਦਾ ਰਾਤ ਨੂੰ ਪਾਣੀ ਭਰ ਕੇ ਸਵੇਰ ਨੂੰ ਉਹਦੇ 2-3 ਗਲਾਸ ਪੀ ਲਏ ਜਾਂ ਤਾਂ ਬੰਦੇ ਦਾ ਸਰੀਰ ਹੈ ਜਿਹੜਾ ਤੰਦਰੁਸਤ ਰਹਿੰਦਾ ਹੈ ਵਿਅਕਤੀ ਜਿਹੜਾ ਹਲਕਾ ਫੁਲਕਾ ਮਹਿਸੂਸ ਕਰਦਾ ਹੈ ਤਰੋ ਤਾਜ਼ਾ ਹੋ ਜਾਂਦਾ ਹੈ ਕਹਿੰਦੇ ਘੜੇ ਦਾ ਪਾਣੀ ਹਰ ਰੁੱਤ ਵਿੱਚ ਪੀ ਸਕਦੇ ਆ ਸਰਦੀ ਵਿੱਚ ਇਹਦਾ ਕਹਿੰਦੇ ਠਾਰ ਭੰਨ ਕੇ ਮਤਲਬ ਜਿਹੜੀ ਇਹਨੂੰ ਬਾਹਰ ਰੱਖ ਕੇ ਦਾ ਪਾਣੀ ਘੰਟੇ 2 ਘੰਟੇ ਬਾਅਦ ਪੀਨ ਨਾਲ ਉਹਨੂੰ ਬੰਦਾ ਤਰੋ ਤਾਜ਼ਾ ਰਹਿੰਦਾ ਹੈ ਕਹਿੰਦੇ ਹਨ ਕਿ ਸਾਡਾ ਸਰੀਰ ਪੰਜ ਤੱਤਾਂ ਮਿੱਟੀ ਹਵਾ ਪਾਣੀ ਅਗਨੀ ਤੇ ਆਕਾਸ਼ ਦਾ ਬਣਿਆ ਹੋਇਆ ਹੈ ਘੜੇ ਦਾ ਪਾਣੀ ਵਿੱਚ ਇਹ ਸਾਰੇ ਤੱਤ ਸੁਭਾਵਕ ਹੀ ਇੱਕ ਮਿਕ ਹੋਏ ਮਿਲਦੇ ਹਨ ਘੜੇ ਦਾ ਤਾਂ ਜਨਮ ਹੀ ਮਿੱਟੀ ਵਿੱਚੋਂ ਹੁੰਦਾ ਹੈ ਪਾਣੀ ਨਾਲ ਮਿੱਟੀ ਗੁੰਨ ਕੇ ਕੁੱਲੇ ਆ ਕਾਸ਼ੇ ਇੰਟ ਚਾਕੂ ਤੇ ਪੌਨ ਦੇ ਮਿੱਠੇ ਹਲੋਰੀਆਂ ਨਾਲ ਕਾਰੀਗਰ ਮਿੱਟੀ ਵਿੱਚ ਜਾਨ ਪਾਉਂਦਾ ਹੈ ਅਗਨੀ ਘੜੇ ਨੂੰ ਪਕਾਉਂਦੀ ਹੈ ਕਹਿੰਦੇ ਜਿਹੜਾ ਸਾਡਾ ਸਰੀਰ ਹੈ ਪੰਜ ਤੱਤਾਂ ਤੋਂ ਮਿਲ ਕੇ ਬਣਿਆ ਹੈ ਮਿੱਟੀ ਹਵਾ ਪਾਣੀ ਅਗਨੀ ਕਿਹਾ ਜਾਂਦਾ ਅੱਗ ਨੂੰ ਤੇ ਆਕਾਸ਼ ਅਸਮਾਨ ਨੂੰ ਕਿਹਾ ਜਾਂਦਾ ਕਹਿੰਦੇ ਇਹ ਤੁਹਾਨੂੰ ਸਾਰਿਆਂ ਨੂੰ ਮਿਲਾ ਕੇ ਬਣਿਆ ਕਹਿੰਦੇ ਘੜੇ ਵਿੱਚ ਵੀ ਇਹ ਸਾਰੇ ਤੱਤ ਮੌਜੂਦ ਹੁੰਦੇ ਨੇ ਕਿਉਂਕਿ ਘੜੇ ਦਾ ਜਿਹੜਾ ਜਨਮ ਹੈ ਕਹਿੰਦੇ ਮਿੱਟੀ ਤੋਂ ਹੁੰਦਾ ਹੈ ਫਿਰ ਪਾਣੀ ਨਾਲ ਮਿੱਟੀ ਨੂੰ ਗੁੰਨ ਕੇ ਖੁੱਲੇ ਅਸਮਾਨੇ ਹੇਠ ਰੱਖ ਕੇ ਨੂੰ ਕਾਰਿਗਰ ਬਣਾਉਂਦਾ ਹੈ ਮਿੱਟੀ ਵਿੱਚ ਜਾਨ ਪਾਉਂਦਾ ਹੈ ਤੇ ਉਹ ਅੱਗ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪਕਾਉਂਦਾ ਹੈ ਕੁਝ ਵੀ ਹੋਵੇ ਘੜੇ ਦਾ ਪਾਣੀ ਤਾਂ ਮਨੁੱਖ ਦੀ ਅੰਤਿਮ ਯਾਤਰਾ ਸਮੇਂ ਵੀ ਸਾਥ ਨੇ ਵਿੱਚ ਆਉਂਦਾ ਹੈ ਘੜਾ ਪੰਨਨਾ ਸਾਡੇ ਸੱਭਿਆਚਾਰ ਵਿੱਚ ਅੰਤਿਮ ਸਮੇਂ ਦੀ ਇੱਕ ਰਸਮ ਵੀ ਹੈ ਜਿਹੜੇ Hindu ਸਮਾਜ ਦੇ ਲੋਕ ਨੇ ਉਹ ਕੀ ਕਰਦੇ ਨੇ ਜਦੋਂ ਉਹਨਾਂ ਦੇ ਕੋਈ ਉਹਨਾਂ ਵਿੱਚੋਂ ਵਿਅਕਤੀ ਕੋਈ ਮਰ ਜਾਂਦਾ ਤਾਂ ਉਹਨੂੰ ਅੰਤਮ ਸੰਸਕਾਰ ਕਰਨ ਵੇਲੇ ਉਹ ਘੜੇ ਦੀ ਵਰਤੋਂ ਕਰਦੇ ਨੇ ਤਾਂ ਉਹ ਪਾਣੀ ਭਰੇ ਹੋਏ ਘੜੇ ਨੂੰ ਪੰਨ ਦਿੰਦੇ ਨੇ ਕਹਿੰਦੇ ਸਾਡੇ ਸੱਭਿਆਚਾਰ ਦੀ ਇੱਕ ਅੰਤਿਮ ਤੇ ਅਖੀਲੀ ਜਿਹੜੀ ਰਸਮ ਹੈ ਜਿਹੜੀ ਇਦਾ ਕੀਤੀ ਜਾਂਦੀ। ਘੜੇ ਤਾਂ ਹੁਣ ਵੀ ਹਨ ਕਾਰੀਗਰ ਅੱਜ ਵੀ ਘੜੇ ਉੱਤੇ ਆਪਣੀ ਕਲਾਮਈ ਉਂਗਲਾਂ ਦਾ ਚਮਤਕਾਰ ਦਿਖਾਉਣ ਲਈ ਤਿਆਰ ਹਨ ਪਰ ਜਦੋਂ ਉਹ ਬਨੇ ਘੜਿਆਂ ਨੂੰ ਮੰਡੀ ਵਿੱਚ ਲਿਆਉਂਦੇ ਹਨ ਤਾਂ ਸਾਰਾ ਸਾਰਾ ਦਿਨ ਝਾਕਦੇ ਆਂ ਸ਼ਾਮ ਤੱਕ ਕੋਈ ਵਿਰਲਾ ਹੀ ਖਰੀਦਦਾਰ ਬੋੜਦਾ ਹੈ ਜੋ ਘੜੇ ਦਾ ਪਾਣੀ ਪੀਣ ਦਾ ਸ਼ੌਂਕ ਰੱਖਦਾ ਹੋਵੇ। ਕਹਿੰਦੇ ਵਿਚਾਰੇ ਕਾਰੀਗਰ ਹੁਣ ਵੀ ਘੜੇ ਤੇ ਓਨੀ ਮਿਹਨਤ ਕਰਦੇ ਨੇ ਓਨਾ ਹੀ ਘੜੇ ਨੂੰ ਬਣਾਉਂਦੇ ਨੇ। ਬੇਚਾਰੇ ਕਹਿੰਦੇ ਮੰਡੀ ਵਿੱਚ ਜਦੋਂ ਰਿਹਾ ਕੇ ਵੇਚਣ ਦਾ ਕਰਦੇ ਨੇ ਤਾਂ ਉਹਨਾਂ ਨੂੰ ਸ਼ਾਮ ਪੈ ਜਾਂਦੀ ਹੈ ਝਾਕਦੇ ਆ ਮਤਲਬ ਦੇਖਦੇ ਆ ਦੇਖਦੇ ਆ ਕਿ ਕੋਈ ਆਊਗਾ ਹੁਣ ਆਊਗਾ ਕਿ ਕੋਈ ਇੱਕ ਅਦਾ ਹੀ ਵਿਅਕਤੀ ਹੈ ਜਿਹੜਾ ਖਰੀਦਦਾ ਘੜੇ ਨੂੰ ਜਿਹੜਾ ਉਹਦਾ ਘੜੇ ਦਾ ਪਾਣੀ ਪੀਣ ਦਾ ਸ਼ੌਕ ਰੱਖਦਾ ਹੋਵੇ ਸੋ ਇਹ ਸੀ ਆਪਣਾ ਲੈਸਨ ਘੜੇ ਦਾ ਪਾਣੀ ਤੁਸੀਂ ਵੀ ਬੱਚੋ ਚੰਗੀ ਤਰ੍ਹਾਂ ਪੜਨਾ ਹੈ ਥੈਂਕਸ